ਬੰਦਾ ਵੱਡਾ ਨਹੀਂ ਹੁੰਦਾ, ਬੰਦਾ ਵੱਡਾ ਹੁੰਦਾ ਆਪਣੇ ਅਖਲਾਕ ਨਾਲ, ਪਿਆਰ ਨਾਲ, ਮੁਹੱਬਤ ਨਾਲ। ਕਿਉਂਕਿ ਦੌਲਤ ਤੇ ਆਉਣ ਜਾਣ ਵਾਲੀ ਚੀਜ਼ ਅੱਜ ਮੇਰੇ ਕੋਲ, ਕੱਲ ਤੇਰੇ ਕੋਲ, ਕੱਲ ਦੂਸਰੇ ਕੋਲ। ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਲਿਖਿਆ, ਦੁਨੀਆਂ ਦੇ ਵਿੱਚ ਰੱਖੋ ਬੰਦਿਆ ਐਸਾ ਬਹਿਣ, ਦੁਨੀਆਂ ਦੇ ਵਿੱਚ ਰੱਖੋ ਬੰਦਿਆ ਐਸਾ ਬਹਿਣ ਖਲੂ, ਤੂੰ ਆਵੇਂ ਤੇ ਹੱਸਣ ਸਾਰੇ, ਟੁਰ ਜਾਵੇਂ ਤੁਸਾਂ ਕੇਸਟਾਂ 'ਚ, ਵੀਡੀਓ 'ਚ ਸਾਨੂੰ ਦੇਖਦੇ ਹੋ। ਥੀਏਟਰ ਵੀ ਮੈਂ 2 ਸਾਲ 46 ਅੱਡੇ 'ਤੇ ਲਗਾਉਂਦਾ ਰਿਹਾ ਤਫਰੀਹ ਵਾਸਤੇ। ਕੁਛ ਮੁਲਕੀ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਕਿ ਪਰਮਿਸ਼ਨਾਂ ਨਹੀਂ ਮਿਲਦੀਆਂ। ਇਹ ਅਰਸ਼ਦ ਲਾੜ ਮੇਰਾ ਸ਼ਗਿਰਦ ਏ ਅਤੇ ਇਹਦੇ ਭਾਈ ਜਨਾਬ ਅਲੀ ਅਮਨ ਦੇ ਬੇਟੇ ਅਲੀ ਬਾਸ ਦੀ ਸ਼ਾਦੀ ਏ, ਜਿਹੜੇ ਕਿ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਔਰ ਇਹਦੇ ਨਾਲ ਨਾਲ ਦੂਸਰੀ ਗੱਲ ਇਹ ਵੇ ਕਿ ਮੇਲ ਮੁਲਾਕਾਤ ਹੋ ਗਈ ਤੁਹਾਡੇ ਨਾਲ, ਬੜਾ ਅੱਛਾ ਇੰਤਜ਼ਾਮ ਕੀਤਾ ਭਾਈ ਅਲੀ ਅਹਿਮਦ ਨੇ, ਬਹੁਤ ਅੱਛਾ ਬੰਦਾ ਹੈ, ਯਾਨੀ ਆਪਣੀ ਹਸਤੀ ਤੋਂ ਜ਼ਿਆਦਾ ਇੰਤਜ਼ਾਮ ਕੀਤਾ। ਅੱਜ ਇੱਕ ਰਿਕਾਰਡਿੰਗ ਹੋ ਰਹੀ ਹੈ ਜਨਾਬ ਅੰਡਰਗਰਾਊਂਡ ਕੰਪਿਊਟਰ 'ਚ, ਜਿਹੜੀ ਉਹ ਕਰਵਾ ਰਹੇ ਨੇ। ਔਰ ਤੁਹਾਨੂੰ ਇਸ ਪ੍ਰੋਗਰਾਮ ਦੀ ਵੀਡੀਓ ਵੀ ਜਨਾਬ ਇਹ ਸਾਊਂਡ ਆਪਰੇਟਰ ਅਹਿਮਦ ਖਾਨ ਸਾਹਿਬ ਤੋਂ ਮਿਲੇਗੀ, ਹਾਂ ਫੌਰੀ ਮਾਲ ਮਿਲ ਜਾਏਗੀ। ਕਿਉਂਕਿ ਕੰਪਿਊਟਰ ਦੌਰ ਆ ਗਿਆ ਨਾ ਜਦੀਦ, ਪਹਿਲੇ ਜਿਸ ਤਰ੍ਹਾਂ ਸਾਡੇ ਵੱਡੇ ਸਨ ਬਜ਼ੁਰਗ, ਇੱਕ ਮਿਸਾਲ ਦਿੰਦਾ ਵਾਂ, ਮੈਂ ਛੋਟਾ ਜਿਹਾ ਸਾਂ ਬੱਚਾ, ਜਦੋਂ 6-7 ਸਾਲ ਦੀ ਉਮਰ 'ਚ ਤਾਂ ਮੈਂ ਪਹਿਲੀ ਜਮਾਤ 'ਚੋਂ ਪੜ੍ਹ ਕੇ ਆਉਣਾ ਨਾ, ਅਤੇ ਮੇਰੇ ਅੱਬਾ ਜੀ ਹਲ ਵਾਹੁੰਦੇ ਹੁੰਦੇ ਸਨ ਢੱਗਿਆਂ ਦੇ ਨਾਲ, ਬਲਦਾਂ ਨਾਲ, ਅਤੇ ਮੈਨੂੰ ਅੱਬਾ ਜੀ ਨੇ ਸੁਹਾਗੇ 'ਤੇ ਬਿਠਾ ਲੈਣਾ ਅਤੇ ਬੜੇ ਪਿਆਰ ਨਾਲ ਜਨਾਬ ਅਸੀਂ ਬਹਿਣਾ ਅਤੇ ਬਹਿ ਉਹ ਰੌਣਕ ਵੇਖਣੀ। ਫਿਰ ਉਹ ਵਾਕਿਆ ਮੈਂ ਵੇਖਿਆ ਕਿ ਇਹ ਜਿਹੜੀ ਗੰਦਮ ਹੈ ਕਣਕ, ਮੇਰੇ ਬਜ਼ੁਰਗ ਜਾਣਦੇ ਨੇ, ਕਿਉਂ ਚਾਚਾ ਜੀ ਜ਼ਰਾ ਮੈਂ ਜਿਹੜੀ ਗਲਤ ਨਹੀਂ ਗੱਲ ਕਰਨ ਲੱਗਾ, ਉਹ ਫਲੇ ਜੇ ਪਾ ਲੈਣੇ ਅਤੇ 2-2 ਮਹੀਨੇ ਜਨਾਬ ਗੰਦਮ ਨਾ ਨਿਕਲਣੀ, ਅਤੇ ਹੁਣ ਮਸ਼ੀਨ ਆ ਗਈ 8 ਦਿਨਾਂ 'ਚ ਸਾਰਾ ਕੁਝ ਬਾਹਰ ਆ ਜਾਂਦਾ। ਉਹ ਇਸ ਵਾਸਤੇ ਹੁਣ ਕੰਮ ਇਸ ਤਰ੍ਹਾਂ ਦਾ ਹੋ ਗਿਆ ਕਿ ਤੁਸੀਂ ਵੇਖੋ ਕਿ ਮਤਲਬ ਕੰਪਿਊਟਰ, ਕਦੀ ਬੰਦਾ ਤਸਵੀਰ ਖਿਚਾਉਣ ਲਈ ਜਾਣਾ ਸ਼ਹਿਰ 'ਚ, ਮੈਂ ਆਪਣੇ ਪੁੱਤਰ ਦੀ ਤਸਵੀਰ ਖਿਚਾਉਣੀ ਹੈ, ਉਹ 10 ਦਿਨਾਂ ਬਾਅਦ ਮਿਲਣੀ, ਹੁਣ ਵੇਖੋ ਫਿਲਮ ਹੀ ਉਹ ਅਹਿਮਦ ਸਾਹਿਬ ਆ ਰਹੇ ਨੇ ਜੀ, ਹੁਣੇ ਮਿਲੇਗੀ 6 ਤੋਂ ਬਾਅਦ। ਇਹ ਕੰਪਿਊਟਰ ਦੌਰ ਹੈ, ਮੋਬਾਈਲਾਂ ਦਾ ਦੌਰ ਹੈ, ਮੋਬਾਈਲ 'ਚ ਬੰਦੇ ਕੈਚ ਕਰ ਲੈਂਦੇ ਨੇ ਬੜਾ ਕੁਝ ਹੋ ਜਾਂਦਾ। ਬਹਰਹਾਲ ਜੀ, ਭਾਈ ਅਲੀ ਅਹਿਮਦ ਸਾਹਿਬ ਬੈਠੇ ਹੋ, ਬੰਦਾ ਬੜਾ ਚੰਗਾ ਯਾਰ ਤੂੰ ਅਸਲ 'ਚ, ਇਹ ਅਸਲ 'ਚ ਗੱਲ ਪਤਾ ਕੀ ਹੈ, ਯਕੀਨ ਕਰੋ ਕਿ ਮੈਨੂੰ ਪਤਾ ਲੱਗ ਜਾਂਦਾ ਕਿ ਬੰਦਾ ਬੰਦੇ ਦਾ ਫਾਈਨ ਕਿਹੜਾ ਹੈ। ਇਹ ਭਾਈ ਅਲੀ ਅਹਿਮਦ ਸਿਰੇ ਮੇਰੀਆਂ ਗੱਲਾਂ ਅਤੇ ਮੇਰਾ ਗਾਣਾ ਸੁਣਦਾ ਹੈ, ਮੈਨੂੰ ਪਤਾ ਲੱਗ ਗਿਆ ਇਹਦਾ ਕਾਫੀ ਦੇਰ ਤੋਂ। ਜੋ ਕਿਸੇ ਦਾ ਆਸ਼ਿਕ ਹੋਵੇ ਉਸੇ ਦੀ ਗੱਲ ਕਰਦਾ, ਜੋ ਕਿਸੇ ਦਾ ਆਸ਼ਿਕ ਹੋਵੇ ਉਸੇ ਦੀ ਗੱਲ ਕਰਦਾ, 100-100 ਮਕਰ ਬਹਾਨੇ ਲਾ ਕੇ ਮਰਨੇ ਉਹਦੇ ਹੀ। ਅਤੇ ਜਿਹੜੇ ਸੱਜਣ ਅਲੀ ਅਹਿਮਦ ਕੰਮ ਨਾ ਆਵਣ, ਔਖੇ ਸੌਖੇ ਵੇਲੇ ਉਸ ਬੇਫੈ ਸੱਜਣ ਨਾਲੋਂ ਚੰਗੇ ਆ ਯਾਰ, ਅਕੇਲੇ ਬਿਸਤੀ ਦੇ ਹਲਵੇ ਨਾਲੋਂ ਸਾਗ ਸਰੋਂ ਦਾ ਚੰਗਾ, ਤੇ ਬੇਵਫਾ ਸੱਜਣ ਨਾਲੋਂ ਸੰਗ ਚੂਹੇ ਦਾ ਹੀ ਚੰਗਾ। ਪੈਸੇ ਦੀ ਕੋਈ ਗੱਲ ਨਹੀਂ, ਘਬਰਾਉਣਾ ਨਹੀਂ ਤੂੰ, ਅਸੀਂ ਤੇਰੇ ਕੋਲ ਪੈਸਾ ਕਮਾਉਣ ਨਹੀਂ ਆਏ, ਤੇਰੀ ਸਿਰਫ ਨਾ ਰੌਣਕ ਬਣਾਉਣਾ ਹੈ ਅਲੀ ਅਹਿਮਦ। ਅੱਜ ਕੁਝ ਚੰਗੀਆਂ ਚੀਜ਼ਾਂ, ਹੈਲੋ ਖਮੋਸ਼ ਕੰਮ ਕਰਨਾ ਤੁਸੀਂ, ਪੈਸੇ ਵੱਲ ਨਹੀਂ ਵੇਖਣਾ, ਪੈਸੇ ਮੈਂ ਦੇਣੇ ਤੁਹਾਨੂੰ 2 ਤੋਂ ਬਾਅਦ ਸਾਰੇ ਬੰਦਿਆਂ ਨੂੰ, ਆਪਣਾ ਕੰਮ ਪੂਰਾ ਕਰਨਾ, ਸੁਣ ਲਿਆ ਨਾ, ਅੱਛੇ ਤਰੀਕੇ ਨਾਲ ਖਾਨ ਸਾਹਿਬ, ਅੱਛੇ ਤਰੀਕੇ ਨਾਲ। ਜਨਾਬ ਗੁਜ਼ਾਰਿਸ਼ ਇਹ ਵੇ ਕਿ ਮੈਂ ਸਭ ਤੋਂ ਪਹਿਲੇ ਮੀਆਂ ਮੁਹੰਮਦ ਬਖਸ਼ ਸਾਹਿਬ ਦੇ ਕਲਾਮ ਤੋਂ ਆਗਾਜ਼ ਕਰਾਂਗਾ, ਅਤੇ ਇੱਕ ਮੈਂ ਰਿਕੁਐਸਟ ਵੀ ਕਰਨਾ ਚਾਹੁੰਦਾ ਕਿ ਪਿੰਡ ਦੇ ਵਿੱਚ ਪ੍ਰੋਗਰਾਮ ਹੈ ਜਿਹਦੇ ਵਿੱਚ ਸਾਡੀਆਂ ਕੋਈ ਬੀਬੀਆਂ ਭੈਣਾਂ ਵੀ ਤਸ਼ਰੀਫ ਫਰਮਾ ਨੇ, ਅਤੇ ਬਰਾਏ ਮਿਹਰਬਾਨੀ ਜਨਾਬ ਐਸੀ ਗੱਲ ਅਸੀਂ ਵੀ ਮਾਜ਼ਰਤ ਚਾਹੁੰਦੇ ਹਾਂ ਕਿ ਅੱਜ ਅਗਰ ਸਾਡੇ ਕੋਲੋਂ ਕੋਈ ਐਸਾ ਅਲਫਾਜ਼ ਨਿਕਲ ਜਾਵੇ ਉਹਦੀ ਅਸੀਂ ਮਾਜ਼ਰਤ ਚਾਹੁੰਦੇ ਹਾਂ, ਲੇਕਿਨ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਐਸਾ ਅਲਫਾਜ਼ ਨਹੀਂ ਨਿਕਲੇ, ਕਿਉਂਕਿ ਇਹ ਲਾਈਵ ਪ੍ਰੋਗਰਾਮ ਹੈ, ਤੁਸੀਂ ਦੇਖਦੇ ਰਹਿੰਦੇ ਹੋ ਪ੍ਰੋਗਰਾਮ,
ਯਾਨੀ ਕਿ ਕੇਸਟਾਂ ਵਿੱਚ, ਵੀਡੀਓ 'ਚ, ਫਿਲਮਾਂ, ਇਹ ਉਹ ਪ੍ਰੋਗਰਾਮ ਹੈ ਜਿਹੜਾ ਲਾਈਵ ਡਾਇਰੈਕਟ ਤੁਸੀਂ ਦੇਖ ਰਹੇ ਹੋ। ਅਤੇ ਮੀਆਂ ਸਾਹਿਬ ਲਿਖਦੇ ਨੇ, ਟਾ ਦੇ ਮਸਜਿਦ, ਟਾ ਦੇ ਮੰਦਰ, ਟਾ ਦੇ ਜੋ ਕੁਝ ਟਹਿਦਾ, ਇੱਕ ਕਿਸੇ ਦਾ ਦਿਲ ਨਾ ਟਾਵੀ, ਸੁਣ ਰੱਬ ਦੇ ਨਾਮ ਵਿੱਚ ਰਹਿ ਜੀ। ਤਵਜੋ ਮੀਆਂ ਸਾਹਿਬ ਦਾ ਕਲਾਮ ਜਿਹੜਾ ਇਸ ਤਰ੍ਹਾਂ ਕਿ ਜਿਵੇਂ ਤਸਵੀ 'ਚ ਮੋਤੀ ਪਵਾਇਆ ਜਾਂਦਾ। ਹੋਰ ਨਹੀਂ ਨਾ ਕੁਝ ਸੁਝੂ ਦਾ ਪਰ ਜਿਸ ਦੀ ਵੈਨੂੰ ਆਪੇ ਵਾਲੇ ਨਹੀਂ ਨਾ ਕਿਸੇ ਬੁਝਦਾ ਇੱਕ ਨਾਨੂੰ ਰੱਬ ਅੱਖੀਆਂ ਦੇ ਗੋਗੀ ਬੋਲ ਤੋਂ ਬਾਅਦ ਕੋੜ ਦਿਆ ਕਰ ਇੱਕ ਨਾਨੂੰ ਰੱਬ ਅੱਖੀਆਂ ਦੇ ਹਰਫ ਪੜਨਾ ਨਾ ਆਵੇ ਇੱਕ ਨਾਨੂੰ ਉਹ ਰੱਬ ਅੰਨਿਆਂ ਕਰੂ ਕੇ ਤੇ ਹਾਫਜ਼ ਕੁਰਾਨ ਗੁਣਾ ਭਾਈ ਪਾਈਆਂ ਦੀਆਂ ਮੀਆਂ ਜੀ ਪਿਓ ਸਿਰਾਂ ਦੇ ਤਾਜ ਵੀ ਹੁੰਦੇ ਤੇ ਮਾਵਾਂ ਠੰਡੀਆਂ ਛਾਵਾਂ ਉਹ ਕੀ ਹੋਇਆ ਮੈਂ ਉਹ ਲੋਕੋ ਕੀ ਹੋਇਆ ਕੀ ਹੋਇਆ ਕੀ ਹੋਇਆ ਮੈਂ ਉਹ ਅੱਜ ਲੋਕੋ ਕੈਦੀ ਬਣੀ ਆ ਤੇ ਸਦਾ ਲਈ ਕੈਦੀ ਰਹਿਣਾ ਇੱਕ ਦਿਨ ਮੌਲਾ ਮੇਲ ਕਰੈ ਸੀ ਅਸਾਂ ਰਲ ਸੰਗਤਾਂ ਵਿੱਚ ਬਹਿਣਾ ਮੁੱਕ ਜਨ ਰਿਸ਼ੂ ਮਰ ਗਈ ਸਭ ਮੁੱਕ ਜਨ ਰਿਸ਼ ਤੇ ਪਿਓ ਮਰ ਕਰ ਵੇਲਾ ਸਰਵਰ ਜੇ ਕਰ ਵੀਰ ਪਿਆਰੇ ਮਰੂ ਜਨ ਮਲਕ ਸਾਹਿਬ ਉੱਜੜ ਜਾਂਦਾ ਜੇ ਓਏ ਮੇਰਾ ਕੱਚ ਵੀ ਮਣਕਾ ਤੇ ਲਾਲ ਵੀ ਮਣਕਾ ਇਹ ਕੱਚ ਵੀ ਮਣਕਾ ਤੇ ਲਾਲ ਵੀ ਮਣਕਾ ਇੱਕੋ ਰੰਗ
जद सराहां अगे जावण फर्क हजारू कुहांदा बस करो अखियो हुण ना रोयो नी सबर करो नी अखियो हुण ना रोयो नी कुछ नी बनदा रोया ओ बस करो अखियो सबर करो नी कुछ नी बनदा रोया ते जूं दे बंदे दे लोको दुख नहीं जे मुकदे ओ जूं दिया दे दुख मुकदे नहीं ना ए दुख मुकदे ने मोया मिया जी दुख मुकदे ने मोया अपनी कौम ना कदी मलक साहब मैं भी मलक हां ते तुसी भी मलक हो ते जरा गौर करना है अपनी कौम ना कदी तब्दील करिए ओए हो के डूम ते शान सदाविए ए ना सरवर बिल्ली फड़दा जे ना जज होवे ओ कदी शेर फड़न दे वास्ते जावीए वारा गर्दी ना विच बाजार करिए जाती गैरां दे घरां विच पावीए ना लईए कर्ज ते वापस दे दईए एवें लिप्पर खाण दी थां बुणावीए सदियां बाज ना ओ मलका महफलां विच जाइए इज्जत अपनी नू कदी भी घटावीए ना जुमा पढ़न ली सारे कारोबार बंद करिए खान साहब कदी ताशां खेड के वक्त लंगावीए ना ਵਿੱਚ ਪੰਚਾਇਤ ਦੇ ਅਕਲ ਦੀ ਗੱਲ ਕਰੀਏ ਓਏ ਐਵੇਂ ਆਪਣਾ ਰੌਲਾ ਪਾਵੀਏ ਨਾ ਧੀਆਂ ਹੋਣ ਸਰਵਰਾ ਜਵਾਨ ਤੇ ਵਿਆਹ ਦਈਏ ਕਦੀ ਫਾਲ ਤੂੰ ਲਾਡ ਲੁਡਾਵੀਏ ਨਾ ਪੁੱਤਰ ਜੰਮਦਿਆਂ ਪੁੱਤਰ ਜੰਮਦਿਆਂ ਰੱਖੀਏ ਵਿੱਚ ਕਬਜ਼ੇ ਐਵੇਂ ਫਾਲਤੂ ਲਾਡੂ ਲੁਡਾ ਵੀਏ ਨਾ ਫਜ਼ਰ ਉੱਠ ਕੇ ਹੁੰਦੀਏ ਫਜ਼ਲ ਅੱਲਾ ਐਵੇਂ ਸੌਂ ਕੇ ਵਕਤ ਗੁਆਵੀਏ ਮੁਹੰਮਦ ਬਖਸ਼ ਸਾਹਿਬ ਲਿਖਦੇ ਨੇ ਜ਼ਰਾ ਤਵੱਜੋ ਗੌਰ
नीचा दी ओ नीचा दी अशनाई कोलो फैज किसे नहीं पाया कि करते अंगूर चढ़ा के ओ कि करते अंगूर चढ़ा के हर गुच्छा घुमाया जरूरा हर गुच्छा घुमाया ये दुनिया के काम ये दौलत इतने रह जानियाँ असल अमल कड़ा काम आना है मियाँ मोहम्मद मकर साहब को किसे पूछा मियाँ साहब थोड़ा नाम मोहम्मद आप फरमाते ने मैं मोहम्मद लोको ठाकुआ मोहम्मद मैं मोहम्मद तू मोहम्मद तू मोहम्मद मैं मोहम्मद एक मोहम्मद हो एक मोहम्मद ठाक जे मोहम्मद एक मोहम्मद चोर पर जिसदा लोकी कलमा बड़ दे भई जिसदा लोकी कलमा पढ़ दे होयो मोहम्मद हो रे मियाँ जी ओ मोहम्मद हो।